जड़े किसान यूनियन उगराह एकता और मजदूर यूनियन के लीडर साहबान जथेबंदी के आगुआ नाल मीटिंग हुई है और जो होर भी उन्हां दीआं मंगां सन किसान भरावां दीआं उन्हां ते भी सारी चर्चा हुई है तो उन्हूं भी जल्दी पंचायती इलेक्शन तो बाद दर्जा बदर्जा उन्हूं अमल में लिया। खेती नीति है ये बहुत सारे हाँ पक्षी रुझान ने जिहड़े इस नीति दे विच आए ते कुछ पक्ष इहो जिहे ने जिहड़े असीं सुझाव दित्ते ने भी इह इहनां दे विच होर ऐड करो। उहदे च बहुत इह भी पक्ष नोट कीता भी जिहड़ी खेती हरे इनकलाब दी जिहड़ी मतलब हरे इनकलाब दी जिहड़ी मॉडल है खेती दा उहनें उत्पादन वधाया नहीं अखाड़ियां दे विच उहदा उहदी गुणगान कीते जांदे ने उहदे नाल हरे इनकलाब दे जिहड़े नैगेटिव पक्ष ने उह खाड़े दे विच लिआंदे ने जिहड़े जिहनी बहुत वधिया ने। जिहड़ी किसान यूनियन उगराह एकता और मजदूर यूनियन के लीडर साहबान नाल जथेबंदी के आगुआ नाल मीटिंग हुई है ये जिहड़ी सारे नालों जरूरी सी कि जिहड़ी किसान नीति है उहदे जिहड़ी उहदा खरड़ा किसान जथेबंदियां नूं दित्ता गया सी जां उहनां दे विच चाहे तीह तरीक तक ਇਹ ਉਹ ਦੇਣਾ ਸੀ ਅਸੀਂ 16-17 ਨੂੰ ਉਹਨਾਂ ਨੂੰ ਪ੍ਰੋਵਾਈਡ ਕਰ ਦਿੱਤਾ ਸੀ ਉਹਨਾਂ ਨੇ ਉਹਦੇ ਉੱਤੇ ਨਜ਼ਰਸਾਨੀ ਕਰਕੇ ਕੁਛ ਨੁਕਤੇ ਆਪਣੇ ਵੱਲੋਂ ਉਹਨਾਂ ਨੇ ਦਿੱਤੇ ਹੋਏ ਆ ਉਸ ਨੂੰ ਰਿਫਾਈਨ ਕਰਨ ਦੇ ਲਈ ਕਿਉਂਕਿ ਪੰਚਾਇਤੀ ਇਲੈਕਸ਼ਨ ਆ ਗਿਆ ਸੀ ਇਹਦੇ ਮੁਤਾਬਕ ਮੀਟਿੰਗ ਨਾਲ ਦੀ ਨਾਲ ਨਹੀਂ ਹੋ ਸਕੀ ਸੀ ਅੱਜ ਇਹ ਮੀਟਿੰਗ ਕੀਤੀ ਗਈ ਹੈ ਇਸ ਤੋਂ ਬਾਅਦ ਤਕਰੀਬਨ ਥੋੜੇ ਦਿਨਾਂ ਬਾਅਦ ਪੰਚਾਇਤੀ ਇਲੈਕਸ਼ਨ ਤੋਂ ਬਾਅਦ ਫਿਰ ਇਸ ਵਿੱਚ ਬੈਠਾਂਗੇ ਔਰ ਹੋਰ ਵੀ ਜਿਹੜੇ ਸੁਝਾਅ ਆਉਣਗੇ ਇਹਦਾ ਜਲਦੀ ਨਿਪਟਾਰਾ ਕਰਕੇ ਔਰ ਜੋ ਹੋਰ ਵੀ ਉਹਨਾਂ ਦੀਆਂ ਮੰਗਾਂ ਸਨ ਕਿਸਾਨ ਭਰਾਵਾਂ ਦੀਆਂ ਉਹਨਾਂ 'ਤੇ ਵੀ ਸਾਰੀ ਚਰਚਾ ਹੋਈ ਹੈ ਅਤੇ ਉਹਨੂੰ ਵੀ ਜਲਦੀ ਪੰਚਾਇਤੀ ਇਲੈਕਸ਼ਨ ਤੋਂ ਬਾਅਦ ਦਰਜਾ ਬਦਰਜਾ ਉਹਨੂੰ ਅਮਲ ਵਿੱਚ ਲਿਆਵਾਂਗੇ। ਹਾਂਜੀ ਸੁਝਾਅ ਉਹ ਕਮੇਟੀ ਸਾਰੀ ਹੈ ਜਿਹੜੀ ਉਹ ਲੈ ਰਹੀ ਹੈ ਉਹਦੇ ਵਿੱਚ ਤਕਰੀਬਨ ਸਾਰੇ ਵੱਖੋ ਵੱਖਰੀ ਦੇਈ ਜਾ ਰਹੇ ਆ। ਅੱਜ ਜਿਹੜੀ ਮੀਟਿੰਗ ਹੋਈ ਹੈ ਸਾਡੀ ਜਿਹੜੀ 5 ਸਤੰਬਰ ਨੂੰ ਸਾਡੀ ਪਹਿਲਾਂ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਖੇਤੀਬਾੜੀ ਖਰੜੇ ਤੇ ਖਰੜਾ ਲੈਣ ਦੀ ਜਿਹੜੀ ਸਰਕਾਰ ਨੇ ਸਾਡੇ ਨਾਲ ਤੈਅ ਕੀਤੀ ਸੀ ਵੀ 23 ਤਰੀਕ ਤੋਂ ਪਹਿਲਾਂ ਸਾਨੂੰ ਖੇਤੀਬਾੜੀ ਦਾ ਖਰੜਾ ਤਿਆਰ ਦੇਣਾ ਉਹ ਖਰੜੇ ਦੀ ਸਾਨੂੰ ਇਹ ਰਿਪੋਰਟ ਹੈ ਜਿਹੜਾ ਖਰੜਾ ਉਹ ਕਾਪੀ ਸਾਨੂੰ ਇਹਨਾਂ ਨੇ ਪਹਿਲੇ ਭੇਜਤੀ ਯਾਨੀ 30 ਤੋਂ ਪਹਿਲੇ ਹੀ ਸਾਡੇ ਕੋਲ ਪਹੁੰਚ ਗਈ ਉਹ ਲਗਭਗ 200 ਪੇਜਾਂ ਦੀ ਹੈ ਵੱਡੀ ਦਸਤਾਵੇਜ਼ ਹੈ ਉਹਦੇ ਵਿੱਚੋਂ ਅਸੀਂ ਹਾਂ ਪੱਖੀ ਗੱਲਾਂ ਵੀ ਛਾਂਟੀਆਂ ਨੇ ਜਿਹੜੀਆਂ ਰਹਿ ਗਈਆਂ ਉਹ ਵੀ ਗੱਲਾਂ ਅਸੀਂ ਲੈ ਕੇ ਆਏ ਹਾਂ। ਸਾਡੇ 4 ਬੁਲਾਰੇ ਨੇ 2 ਮਜ਼ਦੂਰਾਂ ਦੇ ਨੇ 3 ਕਿਸਾਨਾਂ ਦੇ 5 ਬੁਲਾਰੇ ਸਾਡੇ ਹੈਗੇ ਨੇ ਉਹਦੇ 'ਚੋਂ ਅਸੀਂ ਵੱਖ ਵੱਖ ਸਾਰਿਆਂ ਨੇ ਬੋਲਣਾ ਇਹਦੇ 'ਤੇ ਆਪਦੇ ਆਪਦਾ ਛੋਟੇ ਛੋਟੇ ਸਮਾਂ ਲਵਾਂਗੇ ਅਸੀਂ ਇਸ ਕਰਕੇ ਜਿਹੜੇ ਇਹ ਖੇਤੀ ਨੀਤੀ ਹੈ ਇਹਦੇ ਵਿੱਚ ਬਹੁਤ ਸਾਰੇ ਹਾਂ ਪੱਖੀ ਰੁਝਾਨ ਨੇ ਜਿਹੜੇ ਇਸ ਨੀਤੀ ਦੇ ਵਿੱਚ ਆਏ ਨੇ ਅਤੇ ਕੁਛ ਪੱਖ ਇਹੋ ਜਿਹੇ ਨੇ ਜਿਹੜੇ ਅਸੀਂ ਸੁਝਾਅ ਦਿੱਤੇ ਨੇ ਵੀ ਇਹ ਇਹਨਾਂ ਦੇ ਵਿੱਚ ਹੋਰ ਐਡ ਕਰੋ ਜਿਵੇਂ ਹਾਂ ਪੱਖਿਆਂ ਦੇ ਵਿੱਚੋਂ ਮੈਂ ਹਾਂ ਪੱਖਿਆਂ ਦੀ ਗੱਲ ਕਰੂੰਗਾ ਬਾਕੀ ਸਾਡੇ ਸਾਥੀ ਦੂਜੇ ਕਰਨਗੇ ਜਿਹੜੇ ਉਹਨਾਂ ਦੇ ਵਿੱਚ ਐਡ ਕਰਾਉਣ ਵਾਲੀਆਂ ਨੇ ਮੰਗਾਂ ਨੇ ਉਹਨਾਂ 'ਤੇ ਕਰਨਗੇ ਉਹ ਗੱਲ ਉਹਦੇ ਵਿੱਚ ਮੈਂ ਜ਼ਿਆਦਾ ਨਹੀਂ ਬੋਲਦਾ ਬੜੀ ਡਿਟੇਲ ਨਹੀਂ ਜਾਂਦਾ ਕਿਉਂਕਿ ਲੰਮੀ ਜਾਊਗੀ ਗੱਲ ਮੈਂ ਉਹਦੇ 'ਚੋਂ 2-3 ਪੱਖ ਯਾਨੀ ਜਨਤਕ ਵੰਡ ਪ੍ਰਣਾਲੀ ਵਾਲੀ ਜਿਹੜੀ ਆਈ ਹੈ ਉਹ ਬਹੁਤ ਵਧੀਆ ਉਹਦੇ ਪੋਜ਼ਿਟਿਵ ਪੱਖ ਹੈ ਮਨਰੇਗਾ ਦੇ ਨੂੰ 200 ਦਿਨ ਤੱਕ ਦਾ ਕੰਮ ਦੇਣ ਦੀ ਗੱਲ ਉਹਦੇ 'ਚ ਬਹੁਤ ਵਧੀਆ ਆਈ ਹੈ ਛੋਟੇ ਕਿਸਾਨਾਂ ਨੂੰ ਅਤੇ ਮਜ਼ਦੂਰਾਂ ਨੂੰ 60 ਸਾਲ ਦੀ 58 ਸਾਲ 60 ਸਾਲ ਦੀ ਉਮਰ ਦਾ ਦਿੱਤਾ ਉਹਨਾਂ ਨੇ ਖਰੜੇ 'ਚ ਵੀ ਉਹਨਾਂ ਨੂੰ ਪੈਨਸ਼ਨ ਦੇਣੀ ਚਾਹੀਦੀ ਹੈ ਜਿਹੜੀ ਰਾਸ਼ੀ ਨੀ ਨੋਟ 'ਚ ਨੋਟ ਕੀਤੀ ਅਸੀਂ 10,000 ਮੰਗ ਚੁੱਕੇ ਉਹਦੇ 'ਚ ਉਹਦੇ 'ਚ ਬਹੁਤ ਇਹ ਵੀ ਪੱਖ ਨੋਟ ਕੀਤਾ ਵੀ ਜਿਹੜੀ ਖੇਤੀ ਹਰੇ ਇਨਕਲਾਬ ਦੀ ਜਿਹੜੀ ਮਤਲਬ ਹਰੇ ਇਨਕਲਾਬ ਦੀ ਜਿਹੜੀ ਮਾਡਲ ਹੈ ਖੇਤੀ ਦਾ ਉਹਨੇ ਉਤਪਾਦਨ ਵਧਾਇਆ ਨਹੀਂ ਅਖਾੜਿਆਂ ਦੇ ਵਿੱਚ ਉਹਦਾ ਉਹਦੀ ਗੁਣਗਾਨ ਕੀਤੇ ਜਾਂਦੇ ਨੇ ਉਹਦੇ ਨਾਲ ਹਰੇ ਇਨਕਲਾਬ ਦੇ ਜਿਹੜੇ ਨੈਗੇਟਿਵ ਪੱਖ ਨੇ ਉਹ ਖਰੜੇ ਦੇ ਵਿੱਚ ਲਿਆਉਂਦੇ ਨੇ ਜਿਹੜੇ ਯਾਨੀ ਬਹੁਤ ਵਧੀਆ ਨੇ ਉਹਨਾਂ ਨੇ ਵਾਤਾਵਰਨ ਕਿਵੇਂ ਮਜ਼ਦੂਰਾਂ ਨੂੰ ਖੇਤਾਂ 'ਚੋਂ ਕਿਵੇਂ ਬਾਹਰ ਕਰਤਾ ਕਿਸਾਨਾਂ ਦੇ ਫਿਰ ਕਰਜ਼ਾ ਕਿਵੇਂ ਚੜ੍ਹ ਗਿਆ ਖੁਦਕੁਸ਼ੀਆਂ ਕਿਵੇਂ ਹੋਣ ਲੱਗ ਗਈਆਂ ਅਤੇ ਪਾਣੀ ਕਿਵੇਂ ਪਲੀਤ ਹੋ ਗਿਆ ਖਾਣ ਦੀਆਂ ਪਦਾਰਥਾਂ ਕਿਵੇਂ ਪਲੀਤ ਹੋ ਗਈ ਉਹ ਸਾਰੇ ਪੱਖ ਯਾਨੀ ਇਹਦੇ 'ਚ ਲਿਆਉਂਦੇ ਨੇ ਜਿਨ੍ਹਾਂ ਨੂੰ ਹਾਂ ਪੱਖੀ ਕਿਹਾ ਜਾ ਸਕਦਾ ਅਤੇ ਉਹਦੇ 'ਚ ਫਸਲਾਂ ਦੇ ਖਰਾਬੇ ਦਾ ਮਾਮਲੇ ਦੀ ਗੱਲ ਵੀ ਆਈ ਹੈ ਅਤੇ ਫਸਲੀ ਬੀਮਾ ਯੋਜਨਾ ਦੀ ਗੱਲ ਵੀ ਆਈ ਹੈ ਕਿਸਾਨਾਂ ਨੂੰ ਕਰਜ਼ਾ ਮੁਕਤ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਦੀ ਗੱਲ ਵੀ ਆਈ ਹੈ ਇਸ ਤਰ੍ਹਾਂ ਬਹੁਤ ਪੋਜ਼ਿਟਿਵ ਗੱਲਾਂ ਨੇ ਉਹਦੇ 'ਚ ਜਿਹੜੀਆਂ ਉਹਦੇ 'ਚ ਕੁਛ ਹੋਰ ਐਡ ਕਰਨ ਵਾਲੀਆਂ ਮੰਗਾਂ ਨੇ ਜਿਹੜੀਆਂ ਮਨੋਰਥ ਨਾਲ ਅਸੀਂ ਅੱਜ ਮੀਟਿੰਗ ਕੀਤੀ ਹੈ ਉਹ ਮੰਗਾਂ ਅਸੀਂ ਲਿਆਂਦੀਆਂ ਨੇ ਸਾਡੇ ਦੂਜੇ ਸਾਥੀ ਜਿਹਨੇ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਉਹਦੇ 'ਚ ਜੋਰਾ ਸਿੰਘ ਨਸਰਾਲੀ ਇਹ ਤਾਂ ਉਹ ਗੱਲ ਕਰਨਗੇ ਪਹਿਲਾਂ ਸੁਖਦੇਵ ਸਿੰਘ ਕੋਕਰੀ ਕਲਾਂ ਆਪਣੀ ਗੱਲ ਰੱਖਣਗੇ ਉਸ ਤੋਂ ਬਾਅਦ ਜੋਰਾ ਸਿੰਘ ਨਸਰਾਲੀ।